ਅੱਜ ਜੋ ਈ-ਰਜਿਸਟ੍ਰੇਸ਼ਨ ਇਹ ਗੱਡੀਆਂ ਦੀ ਕੀਤੀ ਗਈ ਆ ਮਾਨ ਸਰਕਾਰ ਲੋ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਉਹਦੇ ਵਿੱਚ ਜਿਹੜਾ ਖਰੀਦਾਰ ਆ ਉਹਨੇ ਸਿਰਫ ਇਹਨਾ ਕਰਨਾ ਕਿ ਆਪਣੇ ਡਾਕੂਮੈਂਟ ਏਜੰਸੀ ਦੇ ਵਿੱਚ ਦੇਣੇ ਆ ਨਾਲ ਆਧਾਰ ਕਾਰਡ ਲਿੰਕਡ ਹੋਣਾ ਤੇ ਉਸੇ ਸਮੇਂ ਜਿਹੜੀ ਡੁਪਲੀਕੇਟ ਕਾਪੀ ਆ ਉਹ ਖਰੀਦਾਰ ਦੇ ਮੋਬਾਈਲ ਫੋਨ ਤੇ ਆ ਜਣੀ ਆ ਤਿੰਨ ਤੋਂ ਪੰਜ ਦਿਨਾਂ ਦੇ ਵਿੱਚ origignal ਜਿਹੜਾ ਕਾਰਡ ਆਰਸੀ ਦਾ ਬਣ ਕੇ ਉਹ ਖਰੀਦਾਰ ਦੇ ਘਰ ਆ ਜਾਣਾ ਤੇ ਉਹਨੇ ਦਿਨ ਉਹ ਆਪਣੀ ਜਿਹੜੀ ਡੁਪਲੀਕੇਟ ਆਰਥੀ ਆ ਆਪਣੇ ਫੋਨ ਦੇ ਵਿੱਚ ਜੇ ਕੋਈ ਨਾਕੇ ਦੇ ਪੁਲਿਸ ਵਾਲਾ ਰੋਕੇ ਤਾਂ ਉਹਨੂੰ ਵਿਖਾ ਕੇ ਆਪਣਾ ਟਾਈਮ ਟਪਾ ਸਕਦਾ ਤੇ ਹੋਰ ਵੀ ਕਈ ਸਹੂਲਤਾਂ ਜਿਹੜੀਆਂ ਨਾਲ ਦਿੱਤੀਆਂ ਗਈਆਂ ਹਾਈ ਸਕਿਉਰਿਟੀ ਜਿਹੜੀਆਂ ਨੰਬਰ ਪਲੇਟਾਂ ਲੱਗਣੀਆਂ ਉਹਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਕਈ ਗੈਂਗਸਟਰ ਜਾਂ ਕਈ ਗਲਤ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹ ਗੱਡੀਆਂ ਤੇ ਗਲਤ ਨੰਬਰ ਪਲੇਟਾਂ ਲਾ ਕੇ ਹੋਰ ਨਾਵਾਂ ਤੇ ਖਰੀਦ ਕੇ ਉਹ ਵਾਰਦਾਤਾਂ ਕਰਦੇ ਸਨ ਤੇ ਇੱਥੇ ਇਥੇ ਆਧਾਰ ਕਾਰਡ ਲਿੰਕਡ ਹੋਣਾ ਹੈ ਜਿਹਦਾ ਆਧਾਰ ਕਾਰਡ ਹੋਵੇਗਾ ਉਹਦੇ ਨਾਂ ਤੇ ਗੱਡੀ ਨਿਕਲਣੀ ਆ ਵਾਰਦਾਤਾ ਵੀ ਘਟਨ ਦੇ ਵਿੱਚ ਇਹ ਵੱਡਾ ਕਿੱਲ ਸਾਬਤ ਹੋਣਾ ਹੈ ਇਹ ਮੀਲ ਪੱਥਰ ਸਾਬਤ ਹੋਵੇਗਾ ਕਿ ਲੋਕੀ ਜਿਹੜੇ ਗਲਤ ਨਾਵਾਂ ਤੇ ਗੱਡੀਆਂ ਲੈ ਕੇ ਵਾਰਦਾਤਾ ਕਰਦੇ ਸਨ ਉਸ ਕੰਮ ਤੇ ਵੀ ਰੋਕਥਾਮ ਹੋਣੀ ਆ ਤੇ ਸੁਖਬੀਰ ਸਿੰਘ ਬਾਦਲ ਇਹ ਕਹਿ ਰਿਹਾ ਕਿ ਅਸੀਂ 2011 ਦੇ ਵਿੱਚ ਇਹ ਕੰਮ ਕਰਤਾ ਸੁਖਬੀਰ ਸਿੰਘ ਬਾਦਲ ਜੀ ਵਾਕਈ ਤੁਸੀਂ ਇਹ ਕੰਮ ਕੀਤਾ ਤੁਸੀਂ ਇਹ ਕੰਮ ਕੀਤਾ ਸਿਰਫ ਡਾਕੂਮੈਂਟ ਆਨਲਾਈਨ ਕਰਨ ਦਾ ਕੰਮ ਕੀਤਾ ਤੇ ਦਫ਼ਤਰਾਂ ਦੇ ਵਿੱਚ ਖੱਜਲ ਖਵਾਰੀ ਲੋਕਾਂ ਦੀ ਉਸੇ ਤਰ੍ਹਾਂ ਹੁੰਦੀ ਰਹੀ ਆਰਟੀਓ ਦਫ਼ਤਰਾਂ ਦੇ ਵਿੱਚ ਐਸਟੀਐਮ ਦਫ਼ਤਰਾਂ ਦੇ ਵਿੱਚ ਲੋਕ ਜਾਂਦੇ ਰਹੇ ਤੇ ਉਹਨਾਂ ਦੀ ਲੁੱਟ ਖੋ ਉਹਨਾਂ ਦੀ ਜਿਹੜੀ ਸਮੇਂ ਦੀ ਬਰਬਾਦੀ ਹੁੰਦੀ ਰਹੀ ਤੇ ਤੁਹਾਡੇ ਸਰਕਾਰਾਂ ਦੇ ਮੰਤਰੀਆਂ ਦੇ ਮੁੱਖ ਮੰਤਰੀਆਂ ਦੇ ਐਮਐਲਏ ਦੀਆਂ ਜੇਬਾਂ 'ਚ ਉਹਨਾਂ ਦੇ ਪੈਸੇ ਜਾਂਦੇ ਰਹੇ ਤੇ ਉਹ ਕੋਈ ਐਸਡੀਐਮ ਜਾਂ ਆਰਟੀਓ ਖੁਦ ਕਰਪਸ਼ਨ ਨਹੀਂ ਕਰਦੇ ਸਨ ਤੁਹਾਡੀ ਸਰਕਾਰ ਦੇ ਕਰਿੰਦੇ ਜਿਹੜੇ ਕਰਪਸ਼ਨ ਕਰਾਉਂਦੇ ਸਨ ਤੇ ਇਹ ਲੋਕਾਂ ਨੂੰ ਵੀ ਪਤਾ ਜੇ ਸੁਖਬੀਰ ਸਿੰਘ ਬਾਦਲ ਜੀ ਕੋਈ ਸਰਕਾਰ ਚੰਗਾ ਕੰਮ ਕਰੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੰਨੇ ਵੀ ਕੰਮ ਕਰ ਰਿਹਾ ਇਤਿਹਾਸਕ ਕੰਮ ਕਰ ਰਿਹਾ ਤੇ ਜੇ ਤੁਸੀਂ ਵਡਿਆਈ ਨਹੀਂ ਕਰ ਸਕਦੇ ਪੰਜਾਬ ਦੀ ਖਾਤਰ ਚੁੱਪ ਰਹਿ ਕੇ ਪੰਜਾਬ ਦੇ ਭਲੇ ਲਈ ਵੀ ਬੈਠ ਕੇ ਵੇਖੋ ਇਹ ਨਾ ਕਰੋ ਕਿ ਜੇ ਕੋਈ ਚੰਗੇ ਕੰਮ ਕਰੇ ਉਹਦਾ ਜਿਹੜਾ ਕ੍ਰੈਡਿਟ ਮਿਲਣਾ ਤੁਸੀਂ ਆਪਣੇ ਤੇ ਲੈ ਚੋ 2011 ਚ ਤੁਸੀਂ ਆਨਲਾਈਨ ਕੀਤਾ ਸੀ ਈ-ਰੀਸਟ੍ਰੇਸ਼ਨ ਆਨਲਾਈਨ ਕੀਤੀ ਸੀ ਤੇ ਫਿਰ 10 ਤੋਂ 12000 ਜਿਹੜੀਆਂ ਆਰਥੀਆਂ ਅੱਜ ਵੀ ਪੈਂਡਿੰਗ ਪਈਆਂ ਲੋਕਾਂ ਦੀਆਂ ਉਹ ਕਿਉਂ ਪਈਆਂ ਲੋਕਾਂ ਨੂੰ ਸਾਲ-ਸਾਲ ਡੇਢ-ਡੇਢ ਸਾਲ ਐਸ.ਡੀ.ਐਮ ਦਫ਼ਤਰਾਂ ਦੇ ਆਰ.ਟੀ.ਓ ਦਫ਼ਤਰਾਂ ਦੇ ਗੇੜੇ ਕੱਢਣ ਲਈ ਤੁਹਾਡੀਆਂ ਸਰਕਾਰਾਂ ਲੋ ਮਜਬੂਰ ਕੀਤਾ ਜਾਂਦਾ ਸੀ ਅੱਜ ਜਿੰਨੇ ਵੀ ਕੰਮ ਮਾਨ ਸਰਕਾਰ ਕਰ ਰਹੀ ਆ ਸਾਰੇ ਇਤਿਹਾਸ ਕਰ ਰਹੀ ਆ ਪਹਿਲਾਂ ਆਨਲਾਈਨ ਈ-ਲਰਨਿੰਗ ਲਾਇਸੈਂਸ ਬਣਾਉਣ ਦੀ ਸ਼ੁਰੂਆਤ ਕੀਤੀ ਅੱਜ ਈ-ਰਿਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਜਿਹਦੇ ਵਿੱਚ ਏਜੰਸੀ ਮਾਲਕ ਜੋ ਡੀਲਰ ਹੋਵੇਗਾ ਉਹ 1-2 ਦਿਨਾਂ ਦੇ ਵਿੱਚ ਹੀ ਆਰਟੀ ਬਣਾਉਣ ਦਾ پابੰਦ ਹੋਵੇਗਾ ਤੇ ਮੌਕੇ ਤੇ ਜਿਹੜੀ ਡੁਪਲੀਕੇਟ ਕਾਪੀ ਉਹ ਦੇਣ ਦਾ پابੰਦ ਹੋਵੇਗਾ ਤੇ ਲੋਕਾਂ ਦੀ ਖੱਜਲਖਵਰੀ ਵੀ ਖਤਮ ਹੋ ਗਈ ਰਿਸ਼ਵਤਖੋਰੀ heira-pheri ਕ੍ਰਾਪਸ਼ਨ ਵੀ ਖਤਮ ਹੋ ਗਈ